ਸੱਚ ਕੋ ਬ੍ਰੇਕ ਬਾਅਦ ਤੁਹਾਨੂੰ ਸਭ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਇਸ ਇਸ਼ੂ ਬਾਰੇ ਕਿ ਮੋਦੀ ਵੱਲੋਂ ਪਿਛਲੇ 6 ਸਾਲਾਂ ਵਿੱਚ ਚੀਨ ਦੇ ਪ੍ਰਧਾਨ ਸ਼ੀ ਜਿਨਪਿੰਗ ਨਾਲ 18 ਮੁਲਾਕਾਤਾਂ ਕੀਤੀਆਂ ਗਈਆਂ ਤੇ ਕਈ ਵਾਰ ਚੀਨ ਦੇ ਦੌਰੇ ਤੇ ਵੀ ਗਏ, ਪਰ ਕੀ ਕਾਰਨ ਹੈ ਕਿ ਚੀਨ ਨਾਲ ਭਾਰਤ ਦੀ ਨੀਤੀ ਪੂਰੀ ਤਰ੍ਹਾਂ ਫੇਲ ਹੋਈ? ਕੀ ਇਹ ਟਕਰਾਅ ਦੇ ਪੂਰੇ ਜੰਗ ਵਿੱਚ ਬਦਲਣ ਦੀਆਂ ਸੰਭਾਵਨਾਵਾਂ ਹਨ? ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹੋ। ਦੇਖਣ ਸੁਣਨੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਰਾਜ ਦੇਖੋ, ਸਿਰਫ ਇਹੀ ਨਹੀਂ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਨਾਤੇ ਦੁਨੀਆ ਭਰ ਚ ਪਹਿਲੇ ਸਾਰੇ ਪ੍ਰਧਾਨ ਮੰਤਰੀਆਂ ਦੀ ਵਿਜ਼ਿਟ ਇਕੱਠੀ ਕਰ ਲਓ ਤਾਂ ਉਸ ਤੋਂ ਜ਼ਿਆਦਾ ਦੌਰਾ ਕੀਤਾ ਹੈ, ਰਾਦਰ ਉੱਥੇ ਭਾਰਤ ਚ ਘੱਟ ਹੀ ਰਿਹਾ। ਪਰ ਚੀਨ ਦੇ ਹਵਾਲੇ ਨਾਲ, ਕਿਉਂਕਿ ਇਸ ਵੇਲੇ ਸਾਰੀ ਖਿੱਤੇ ਦੀ ਪੋਲਿਟਿਕਸ ਵੀ ਔਰ ਗਲੋਬਲ ਵੀ ਉਸ ਪਾਸੇ ਹੀ ਫੋਕਸਡ ਹੈ, ਔਰ ਜੋ ਕੁਛ ਗਲਵਾਨ ਘਾਟੀ ਦੇ ਵਿੱਚ ਹੋਇਆ, ਔਰ ਜਿਵੇਂ 1000 ਦੇ ਕਰੀਬ ਜਿਹੜੀ ਹੈ ਪੂਰੀ ਪੂਰੀ ਬਟਾਲੀਆਂ ਦੋਨੇ ਪਾਸੇ ਅਜੇ ਵੀ ਇੱਕ ਦੂਸਰੇ ਦੀਆਂ ਅੱਖਾਂ ਚ ਅੱਖਾਂ ਪਾ ਕੇ ਇੱਕ ਦੂਜੇ ਨੂੰ ਘੂਰ ਰਹੇ ਨੇ, ਜਿਸ ਦਾ ਮਤਲਬ ਹੈ ਕਿ ਡੀਐਸਕੇਲੇਟ ਸਿਚੁਏਸ਼ਨ ਨਹੀਂ ਹੋਈ। ਬਹੁਤ ਸਾਰੇ ਐਕਸਪਰਟਸ ਆਪੋ ਆਪਣੀ ਰਾਏ ਦੇ ਰਹੇ ਨੇ, ਇਹ ਵੀ ਪੁੱਛਿਆ ਜਾ ਰਿਹਾ ਕਿ ਵਟ ਵੈਂਟ ਰੋਂਗ, ਕਿਉਂਕਿ ਮੋਦੀ ਨੇ ਜਦੋਂ 2014 ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਿਆ, ਉਹਦੇ ਤੋਂ ਲੈ ਕੇ ਹੁਣ ਤੱਕ ਇਹਨਾਂ 6 ਸਾਲਾਂ ਚ ਲਗਭਗ 18 ਮੁਲਾਕਾਤਾਂ ਜਿਹੜੀਆਂ ਨੇ ਉਹ ਸ਼ੀ ਜਿਨਪਿੰਗ ਦੇ ਨਾਲ ਕੀਤੀਆਂ। ਉਹਨਾਂ 18 ਮੁਲਾਕਾਤਾਂ ਚ ਤਾਂ 5 ਮੋਦੀ ਦੇ ਸਿੱਧੇ ਦੌਰੇ ਨੇ ਜਿਹੜੇ ਉਹਨੇ ਚੀਨ ਦੇ ਕੀਤੇ ਨੇ, ਔਰ ਭਾਰਤ ਦੇ ਕਿਸੇ ਵੀ ਹੋਰ ਪਹਿਲੇ ਪ੍ਰਧਾਨ ਮੰਤਰੀ ਨੇ ਇੰਨੇ ਦੌਰੇ ਚੀਨ ਦੇ ਨਹੀਂ ਕੀਤੇ। ਤੇ ਜਦੋਂ ਅਸੀਂ ਮੁਲਾਕਾਤਾਂ ਦੀ ਗੱਲ ਕਰਦੇ ਹਾਂ, 5 ਫੁੱਲ ਫਲੈਜਡ ਆਫੀਸ਼ੀਅਲ ਦੌਰੇ ਨੇ, ਔਰ ਇਹਨਾਂ 18 ਮੁਲਾਕਾਤਾਂ ਦੇ ਵਿੱਚ ਕਿਤੇ ਤਾਸ਼ਕੰਦ ਦੇ ਵਿੱਚ ਹੋ ਰਿਹਾ, ਕਿਤੇ ਗੋਆ ਚ ਬ੍ਰਿਕਸ ਦੀ ਮੀਟਿੰਗ ਹੋ ਰਹੀ ਹੈ, ਕਿਤੇ ਕਜ਼ਾਕਿਸਤਾਨ ਚ ਮਿਲ ਰਹੇ ਨੇ, ਕਿਤੇ ਰਸ਼ੀਆ ਚ ਮਿਲ ਰਹੇ ਨੇ, ਕਿਤੇ G20 ਦੀ ਮੀਟਿੰਗ ਵੇਲੇ ਜਰਮਨੀ ਚ ਮਿਲ ਰਹੇ ਨੇ। ਸੋ 18 ਮੁਲਾਕਾਤਾਂ, ਬੇਸ਼ੱਕ ਇਹ ਜਿਹੜੇ ਡਿਫਰੈਂਟ ਫੋਰਮਸ ਬ੍ਰਿਕਸ ਹੋਏ ਜਾਂ G20 ਹੋਏ, ਉਹ ਭਾਰਤ ਫੋਕਸ ਜਾਂ ਚੀਨ ਫੋਕਸ ਨਹੀਂ ਨੇ, ਲੇਕਿਨ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਸੀ ਕਿ ਮੋਦੀ ਦੇ ਨਾਲ ਸ਼ੀ ਜਿਨਪਿੰਗ ਦੀ 1-to-1 ਮੀਟਿੰਗ ਜ਼ਰੂਰ ਹੋਏ, ਔਰ ਉਹਦੇ ਚ ਵੀ ਫੋਟੋ ਸੈਸ਼ਨ ਵੀ ਬੜਾ ਇੰਪੋਰਟੈਂਟ ਹੁੰਦਾ ਸੀ। ਮੋਦੀ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿ ਦੇਖੋ ਮੇਰੀ ਫੋਰਨ ਪਾਲਿਸੀ ਕਿੰਨੀ ਕਾਮਯਾਬ ਹੈ, ਅਸੀਂ ਰਸ਼ੀਆ ਦੇ ਵੀ ਯਾਰ ਹੈ, ਅਸੀਂ ਇਜ਼ਰਾਈਲ ਨੂੰ ਵੀ ਯਾਰ ਬਣਾ ਲਿਆ, ਅਮਰੀਕਾ ਦਾ ਜਿਹੜਾ ਸਾਡਾ ਉਹ ਤਾਂ ਸਾਡੀ ਛਾਤੀ ਦੇ ਨਾਲ ਹੀ ਲੱਗ ਗਿਆ, ਔਰ ਦੇਖੋ ਅਸੀਂ ਚੀਨ ਦੇ ਨਾਲ ਵੀ ਜਿਹੜਾ ਉਹ ਬਹੁਤ ਅਸੀਂ ਚੰਗੇ ਸੰਬੰਧ ਨੇ, ਔਰ ਅਸੀਂ ਜਿਹੜਾ ਉਹਦਾ ਟਾਪ ਆਫ ਡਿਪਲੋਮੇਸੀ। ਹੁਣ ਬਾਕੀਆਂ ਦੀ ਗੱਲ ਅਸੀਂ ਕਰ ਚੁੱਕੇ ਹਾਂ ਪਿਛਲੇ ਸੈਗਮੈਂਟ ਚ ਕਿ ਕਿਵੇਂ ਭਾਰਤ ਡਿਪਲੋਮੈਟਿਕ ਵਰਲਡ ਦੇ ਵਿੱਚ ਵੀ ਅਲੱਗ ਥਲੱਗ ਹੋਇਆ, ਗਲੋਬਲੀ ਗਵਾਂਢੀਆਂ ਦੇ ਨਾਲ ਤਾਂ ਹੋਇਆ ਹੀ ਹੋਇਆ। ਚੀਨ ਦੇ ਹਵਾਲੇ ਨਾਲ ਜਿਵੇਂ ਇਹ ਗੱਲ ਦੇਖਣ ਵਾਲੀ ਹੈ ਕਿ ਪਹਿਲੀ ਮੁਲਾਕਾਤ ਜਿਹੜੀ ਸ਼ੀ ਜਿਨਪਿੰਗ ਦੀ, ਕਿਉਂਕਿ ਸ਼ੀ ਜਿਨਪਿੰਗ ਖਾਸ ਤੌਰ ਤੇ ਭਾਰਤ ਦੇ ਦੌਰੇ ਤੇ ਆਉਂਦਾ, ਔਰ ਉਹ ਜਿਹੜੀ ਮੀਟਿੰਗ ਜਿਹੜੀ ਇੰਨੀ ਕੋਰਡੀਅਲ ਰੱਖੀ ਗਈ, ਲੇਕਿਨ ਉਸ ਮੀਟਿੰਗ ਤੋਂ ਠੀਕ ਪਹਿਲਾਂ ਜਿਹੜਾ ਭਾਰਤ ਦਾ ਜਦੋਂ ਅਸੀਂ ਨਾਰਥ ਈਸਟ ਦੇ ਵਿੱਚ ਦੇਖਦੇ ਹਾਂ, ਅਰੁਣਾਚਲ ਦੇ ਹਵਾਲੇ ਨਾਲ, ਲਦਾਖ ਦੇ ਹਵਾਲੇ ਨਾਲ, ਹੁਣ ਗਲਵਾਨ ਵੈਲੀ ਦਾ ਜ਼ਿਕਰ ਹੈ, ਔਰ ਇੱਕ ਜਿਹੜਾ ਉਹਨਾਂ ਦਾ ਖਾਸ ਤੌਰ ਤੇ ਚੁਮਾਰ ਸੈਕਟਰ ਜਿਹਨੂੰ ਕਿਹਾ ਜਾਂਦਾ ਹੈ, ਔਰ ਜਿਹੜੀ ਪਹਿਲੀ ਵਿਜ਼ਿਟ ਸ਼ੀ ਜਿਨਪਿੰਗ ਦੀ ਭਾਰਤ ਚ ਹੋਈ ਜੁਲਾਈ ਦੇ ਮਹੀਨੇ, ਉਸ ਤੋਂ ਠੀਕ ਪਹਿਲਾਂ ਸਤੰਬਰ ਦੇ ਮਹੀਨੇ, ਪਰ ਉਸ ਤੋਂ ਪਹਿਲਾਂ ਇਹ ਮੁੜ ਚੁੱਕੇ ਸੀ ਬ੍ਰਾਜ਼ੀਲ ਦੇ ਬ੍ਰਿਕਸ ਦੇ ਵਿੱਚ, ਕਿ ਉਦੋਂ ਚੁਮਾਰ ਸੈਕਟਰ ਦੇ ਵਿੱਚ ਵੀ ਚੀਨ ਔਰ ਭਾਰਤ ਦੀ ਤਰ੍ਹਾਂ ਤਾਂ ਨਹੀਂ ਸੀ, ਲਗਭਗ 3 ਹਫ਼ਤੇ ਜਿਹੜਾ ਹੈ ਉਹ ਆਪਸ ਦੇ ਵਿੱਚ ਆਈ ਬਾਲ ਟੂ ਆਈ ਬਾਲ ਸੀ, ਔਰ ਇਸ ਤੋਂ ਪਹਿਲਾਂ 2013 ਚ ਲਦਾਖ ਚ ਤਰ੍ਹਾਂ ਤਾਂ ਨਹੀਂ ਹੋ ਕੇ ਹਟੀ ਸੀ, 2014 ਚ ਦੀ ਜੁਲਾਈ ਦੇ ਵਿੱਚ ਪਹਿਲੀ ਮੁਲਾਕਾਤ ਹੁੰਦੀ ਹੈ ਸ਼ੀ ਜਿਨਪਿੰਗ ਦੇ ਨਾਲ, ਔਰ ਇਹ ਜਦੋਂ ਉੱਥੇ ਮਿਲਦੇ ਨੇ ਬ੍ਰਿਕਸ ਦੇ ਵਿੱਚ, ਔਰ ਸਤੰਬਰ ਦੇ ਮਹੀਨੇ ਚ ਜਿਹੜਾ ਸ਼ੀ ਜਿਨਪਿੰਗ ਹੈ ਉਹ ਭਾਰਤ ਆਉਂਦਾ। ਹੁਣ ਮੋਦੀ ਨੇ ਉਹ ਮੁਲਾਕਾਤ ਕੇਰਲਾ ਚ ਕੀਤੀ, ਉਹ ਪੂਰਾ ਸਾਊਥ ਇੰਡੀਅਨ ਵਾਲਾ ਡਰੈਸ ਜਿਹੜਾ ਪਾ ਕੇ, ਔਰ ਉੱਥੇ ਜਿਹੜਾ ਟਹਿਲ ਕਦਮੀ ਵੀ ਕੀਤੀ, ਔਰ ਇਹ ਵੀ ਦੱਸਣ ਲਈ ਵੀ ਸਾਡੀ ਕਿੰਨੀ ਡਾਈਵਰਸ ਜਿਹੜੀ ਹੈ ਉਹ ਸਿਵਿਲਾਈਜੇਸ਼ਨ ਹੈ। ਫਿਰ ਉਹ ਉਹਨੂੰ ਅਹਿਮਦਾਬਾਦ ਰਿਹਾ ਹੈ, ਅਹਿਮਦਾਬਾਦ ਕਿਉਂਕਿ ਉਹ ਆਪਣਾ ਘਰ ਸਮਝਦਾ ਕਿ ਗੁਜਰਾਤ ਚੋਂ ਆਇਆ,
ਉੱਥੇ ਝੂਲੇ ਵਾਲੀਆਂ ਫੋਟੋਆਂ ਦਾ ਅਕਸਰ ਅਸੀਂ ਦੇਖਦੇ ਹੀ ਹੈ। ਸਾਬਰਮਤੀ ਦੇ ਕੰਢੇ ਹੱਥ ਚ ਹੱਥ ਪਾ ਕੇ ਮੋਦੀ ਔਰ ਸ਼ੀ ਜਿਨਪਿੰਗ ਇਵੇਂ ਘੁੰਮ ਰਹੇ ਨੇ ਜਿਵੇਂ ਬਚਪਨ ਦੇ ਵਿੱਚ ਇਕੱਠੇ ਲੰਗੂਟੀਏ ਜਾ ਰਹੇ ਹੋਣ। ਫਿਰ ਉਸ ਪੀਰੀਅਡ ਦੇ ਵਿੱਚ 12 ਸਮਝੌਤੇ ਹੁੰਦੇ ਨੇ ਇਹਨਾਂ ਦੋਨਾਂ ਦੇ ਵਿਚਾਲੇ, ਔਰ ਇਹ ਕਿਹਾ ਜਾਂਦਾ ਹੈ ਕਿ ਜੀ ਉਹ ਸਮਝੌਤੇ ਦਾ ਹਿੱਸਾ ਸੀ ਕਿ ਚੀਨ $20 billion ਜਿਹੜਾ ਉਹ ਇਨਵੈਸਟ ਕਰੇਗਾ ਭਾਰਤ ਦੇ ਵਿੱਚ। ਹਾਲਾਂ ਜੇ ਅਸੀਂ 6 ਸਾਲ ਬਾਅਦ ਦੇਖਦੇ ਹਾਂ ਤੇ ਈਵਨ $1 billion ਵੀ ਚੀਨ ਦੀ ਇਨਵੈਸਟਮੈਂਟ ਨਹੀਂ ਹੋਈ। ਹਾਂ ਆਟੋਮੋਬਾਈਲ ਸੈਕਟਰ ਹੋਏ ਜਾਂ ਜਿਵੇਂ ਅਸੀਂ ਜਿਹੜੀ ਐਪ ਦੀ ਗੱਲ ਕੀਤੀ ਹੈ ਜਿਹੜੀ ਅੱਜ ਲਾਂਚ ਕਰਨੀ ਸੀ ਚੀਨ ਨੇ ਜਿਹੜੀ ਉਹਨਾਂ ਨੇ ਕੈਂਸਲ ਕਰ ਦਿੱਤੀ ਹੈ, ਉਸ ਦੇ ਵਿੱਚ ਇਨਵੈਸਟਮੈਂਟ $877 million ਦੀ ਇਨਵੈਸਟਮੈਂਟ ਜ਼ਰੂਰ ਹੋਈ, ਲੇਕਿਨ ਉਹ 1 billion ਵੀ ਪੂਰਾ ਨਹੀਂ ਹੁੰਦਾ। ਔਰ ਇਹ ਜਿਹੜਾ ਹੈ ਇਸ ਸਾਰੇ ਚ ਕੋਈ ਅੱਗੇ ਪ੍ਰੋਗਰੈਸ ਨਹੀਂ ਹੋਈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਮੋਦੀ ਦੇ ਪੀਰੀਅਡ ਚ, ਕਿਉਂਕਿ ਚੀਨ ਇਹ ਦੇਖ ਰਿਹਾ ਸੀ, ਉਹ ਪਰਖ ਰਿਹਾ ਸੀ ਕਿ ਵੀ ਇਹ ਦੋਸਤੀ ਵੱਲ ਸੱਚਮੁੱਚ ਵਧਣਾ ਚਾਹੁੰਦੇ ਨੇ ਜਾਂ ਇਹ ਦੋਸਤੀ ਦੀ ਸਮੋਕ ਸਕਰੀਨ ਕਰਕੇ ਤੇ ਕੋਈ ਨਾ ਕੋਈ ਸ਼ਰਾਰਤ ਕਰ ਰਹੇ ਨੇ। ਸੋ ਪਹਿਲਾਂ ਅਸੀਂ ਕਿਹਾ ਕਿ ਵੀ ਸ਼ੀ ਜਿਨਪਿੰਗ ਦੇ ਭਾਰਤ ਆਉਣ ਤੋਂ ਪਹਿਲਾਂ ਹੀ ਜੋ ਇਹਨਾਂ ਨੇ ਉਸ ਚੁਮਾਰ ਸੈਕਟਰ ਚ ਕੀਤਾ, ਔਰ ਫਿਰ ਮੋਦੀ ਦੀ ਕਰਮ 2019 ਦੀ ਚੋਣ ਤੋਂ ਪਹਿਲਾਂ ਹੀ 2017 ਦੇ ਵਿੱਚ ਅਸੀਂ ਡੋਕਲਾਮ ਦਾ ਦੇਖਦੇ ਹਾਂ ਜਿੱਥੇ ਆਊਟ ਆਫ ਦਾ ਵੇ ਜਾ ਕੇ ਇਸ ਨੇ ਆਪਣਾ ਕੰਮ ਕੀਤਾ। ਹਾਲਾਂ ਜਿਹੜੀ ਰੂਸ ਦੇ ਵਿੱਚ ਮੀਟਿੰਗ ਹੁੰਦੀ ਹੈ, ਤਾਸ਼ਕੰਦ ਚ ਹੁੰਦੀ ਹੈ, ਕਜ਼ਾਕਿਸਤਾਨ ਚ ਹੁੰਦੀ ਹੈ, ਇਸ ਸਾਰੇ ਦੇ ਵਿੱਚ ਚੀਨ ਨੇ ਇੱਕੋ ਹੀ ਗੱਲ ਕਹੀ ਕਿ ਭਾਈ ਤੁਸੀਂ ਖਿੱਤੇ ਦਾ ਇੱਕ ਆਪਣਾ ਰੋਲ ਅਦਾ ਕਰੋ। ਹਾਲਾਂ ਅਸੀਂ ਇਹ ਦੇਖਦੇ ਹਾਂ ਵੀ ਚਾਈਨਾ ਨੇ ਐਕਸਟਰਾ ਲਿਫ ਕੇ ਵੀ ਸ਼ੀ ਜਿਨਪਿੰਗ ਨੇ ਜਦੋਂ ਮੋਦੀ ਨੂੰ ਚੀਨ ਦੇ ਵਿੱਚ ਸੱਦਿਆ, ਔਰ ਚੀਨ ਨੇ ਇਹ ਪ੍ਰੈਜੀਡੈਂਟ ਸ਼ੀ ਜਿਨਪਿੰਗ ਨੇ ਆਪਣੇ ਜਿਹੜਾ ਉਹਦਾ ਆਪਣਾ ਏਰੀਆ ਸੀ ਉਹਦੇ ਚ ਉਹਨੂੰ ਉਹ ਲੈ ਕੇ ਗਿਆ, ਆਪਣੇ ਜਿਹੜਾ ਉਹਦੀ ਆਪਣੀ ਕਾਂਸਟੀਚੁਐਂਸੀ ਸੀ, ਹਾਲਾਂਕਿ ਕੈਪੀਟਲ ਦੇ ਵਿੱਚ ਰਿਸੀਵ ਕਰਦੇ ਨੇ। ਲੇਕਿਨ ਈਵਨ ਚੀਨ ਜਾਣ ਤੋਂ ਪਹਿਲਾਂ ਮੋਦੀ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ, ਹੁਣ ਆਸਟ੍ਰੇਲੀਆ ਦੇ ਨਾਲ ਵੀ ਚੀਨ ਦਾ ਫੰਡ ਹੈ, ਉਸਨੇ ਇਹ ਸਾਰੇ ਦੇ ਨਾਲ ਫਿਜੀ ਵੱਲ ਗਿਆ, ਹੁਣ ਇਹ ਸਾਰੇ ਨੇ, ਔਰ ਮਿਆਂਮਾਰ ਦਾ ਦੌਰਾ ਕੀਤਾ, ਮਤਲਬ ਇਹ ਦੱਸਣ ਦੇ ਲਈ ਚੀਨ ਨੂੰ ਈਵਨ ਮੰਗੋਲੀਆ ਜਿਹਦੇ ਨਾਲ ਉਹਦੀ ਸਰਹੱਦ ਲੱਗਦੀ ਹੈ ਉਹਦੇ ਨਾਲ ਵੀ ਇਹਨਾਂ ਨੇ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕੀਤੀ। ਉਹ ਤਾਂ ਚੀਨ ਨੇ ਉਹ ਦਬਕਾ ਮਾਰਿਆ ਮੰਗੋਲੀਆ ਨੂੰ, ਕਿਉਂਕਿ ਉਹਨਾਂ ਦਾ ਸਾਰਾ ਕੁਝ ਉੱਥੋਂ ਹੀ ਜਾਂਦਾ, ਉਹ ਪਿੱਛੇ ਹਟ ਗਏ। ਹੁਣ ਜੇ ਤੁਸੀਂ ਇੱਕ ਪਾਸੇ ਦੋਸਤੀ ਦਾ ਹੱਥ ਵਧਾ ਰਹੇ ਹੋ, ਦੂਸਰੇ ਪਾਸੇ ਜਿਹੜੇ ਤੁਹਾਡੇ ਦੁਸ਼ਮਣ ਨੇ ਜਾਂ ਕੱਲ ਨੂੰ ਜਿਹਨਾਂ ਨੇ ਤੁਹਾਡੇ ਨਾਲ ਦੁਸ਼ਮਣੀ ਪਾਲਣੀ ਹੈ, ਤੁਸੀਂ ਉਹਨਾਂ ਨੂੰ ਵੀ ਕਹਿ ਰਹੇ ਹੋ ਕਿ ਸਾਡੇ ਦੋਸਤਰੇ ਦਾ ਮਤਲਬ ਤੁਹਾਡੀ ਨੀਅਤ ਸਾਫ ਨਹੀਂ ਹੈ। ਇਹੀ ਹਾਲ ਤਾਈਵਾਨ ਦੇ ਹਵਾਲੇ ਨਾਲ ਵੀ ਕੀਤਾ, ਔਰ ਕਿਵੇਂ ਦਲਾਈ ਲਾਮੇ ਦੀਆਂ 2 ਵਿਜ਼ਿਟ ਅਰੁਣਾਚਲ ਪ੍ਰਦੇਸ਼ ਜਿਹੜਾ ਉਹਨਾਂ ਦਾ ਸਾਊਥ ਤਿੱਬਤ ਹੈ ਉੱਥੇ ਕਰਵਾਈਆਂ ਕਿ ਜੀ ਮਜ਼ਹਬੀ ਤੌਰ ਤੇ ਬੁੱਧ ਧਰਮ ਉਹ ਜਾ ਰਿਹਾ। ਸੋ ਚੀਨੀਆਂ ਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਰਿਹਾ ਕਿ ਬਈ ਇਹ ਜਿਹੜੇ ਨੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਹਿਣ ਵਾਲੀਆਂ ਹੋਰ ਨੇ, ਕਰਤੂਤ ਇਹਨਾਂ ਦੀ ਹੋਰ ਹੈ। ਔਰ ਜਦੋਂ ਫਿਰ ਚੀਨ ਨੇ ਬੀਜਿੰਗ ਦੇ ਵਿੱਚ ਜਿਹੜੀ ਹੈ ਵਨ ਬੈਲਟ ਵਨ ਰੋਡ ਦੇ ਥੱਲੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੀ ਮੀਟਿੰਗ ਰੱਖੀ, ਈਵਨ ਅਮਰੀਕਾ ਨੇ ਵੀ ਆਪਣਾ ਡੈਲੀਗੇਸ਼ਨ ਭੇਜ ਦਿੱਤਾ, ਦੂਜਾ ਹੋਇਆ, ਭਾਵੇਂ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਉਹ ਪ੍ਰਭਾਵਿਤ ਕਰੇਗਾ ਜੇ ਚਾਈਨਾ ਉਹਨੂੰ ਡਿਵੈਲਪ ਕਰਦਾ, ਪਰ ਭਾਰਤ ਨੇ ਉਹਦੇ ਚ ਕੋਈ ਪਾਰਟਿਸਪੇਟ ਨਹੀਂ ਕੀਤਾ। ਔਰ ਬਾਕੀ ਅਸੀਂ ਪ੍ਰੋਵੋਕੇਸ਼ਨ ਦੀ ਗੱਲ ਕਰ ਚੁੱਕੇ ਹਾਂ ਕਿ ਕਿਵੇਂ ਇਹਨਾਂ ਨੇ ਆਰਟੀਕਲ 370 ਜੰਮੂ ਕਸ਼ਮੀਰ ਚ 5 ਅਗਸਤ ਨੂੰ ਤੋੜ ਕੇ, ਕਿਉਂਕਿ ਉਹਦੇ ਚ ਲਦਾਖ ਨੂੰ ਅਲੱਗ ਯੂਨੀਅਨ ਟੈਰੀਟਰੀ ਬਣਾ ਦਿੱਤਾ, ਲਦਾਖ ਦੇ ਉੱਤੇ ਕਲੇਮ ਹੈ ਚਾਈਨਾ ਦਾ ਕਿਉਂਕਿ ਉਹਨੂੰ ਛੋਟਾ ਤਿੱਬਤ ਮੰਨਦਾ, ਔਰ ਇਹ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਦੀ ਬਿਲਕੁਲ ਜਿਹੜੀ ਹੈ ਖਿਲਾਫ ਵਰਜ਼ੀ ਕਰਕੇ ਉਹਨਾਂ ਨੇ ਇਹ ਹਰਕਤ ਕੀਤੀ। ਚਾਈਨਾ ਨੇ ਫੌਰਨ ਪ੍ਰੋਟੈਸਟ ਕੀਤਾ, ਫਿਰ ਇਹਨਾਂ ਨੇ ਅਮਿਤ ਸ਼ਾਹ ਉੱਥੇ ਪਾਰਲੀਮੈਂਟ ਦੇ ਵਿੱਚ ਗਰਜ ਕੇ ਕਹਿ ਰਿਹਾ ਕਿ ਅਸੀਂ ਅਕਸਾਈ ਚਿੰਨ ਵੀ ਵਾਪਸ ਲੈਣੇ ਆ ਤੇ ਗਿਲਗਿਤ ਬਾਲਸਤਾਨ ਵੀ ਅਸੀਂ ਜਿਹੜਾ ਇਹ ਭਾਰਤ ਦਾ ਹਿੱਸਾ ਹੈ। ਸੋ ਇਸ ਸਾਰੇ ਦੇ ਵਿੱਚ ਜਦੋਂ ਤੁਸੀਂ ਜ਼ਹਿਰ ਦੇ ਨਾਲ ਭਰੇ ਹੋਏ ਹੋ, ਮੂੰਹ ਤੁਸੀਂ ਮਿੱਠੀਆਂ ਗੱਲਾਂ ਵੀ ਕਰ ਰਹੇ ਹੋ, ਸੋ ਜ਼ਾਹਰ ਹੈ ਇਸ ਦੇ ਲਈ ਕੋਈ ਚੀਨ ਨੂੰ ਦੋਸ਼ ਨਹੀਂ ਦਿੱਤਾ ਜਾਏਗਾ ਕਦੇ ਵੀ। ਜਿਹੜੇ ਵੀ ਨਿਰਪੱਖ ਐਨਾਲਿਸਟ ਜਾਂ ਹਿਸਟੋਰੀਅਨ ਇਹਨਾਂ ਸੰਬੰਧਾਂ ਨੂੰ ਐਨਾਲਾਈਜ਼ ਕਰਨਗੇ ਕਿ 18 ਮੁਲਾਕਾਤਾਂ ਚੀਨ ਨੇ ਦਿੱਤੀਆਂ ਮੋਦੀ ਨੂੰ, ਚੀਨ ਨੂੰ ਤਾਂ ਕੋਈ ਲੋੜ ਨਹੀਂ ਸੀ ਅਦਰ ਦੈਨ ਕਿ ਚਾਈਨਾ ਆਪਣਾ ਜਿਹੜਾ ਰੋਲ ਹੈ ਐਜ਼ ਏ ਗਲੋਬਲ ਪਾਵਰ ਸਮਝਦਾ ਹੈ, ਔਰ ਉਹਨੂੰ ਲੱਗਦਾ ਹੈ ਕਿ ਭਾਈ ਗੁਆਂਢੀਆਂ ਦੇ ਨਾਲ ਜੇ ਸਾਡੇ ਚੰਗੇ ਰਿਸ਼ਤੇ ਰਹਿੰਦੇ ਨੇ ਔਰ ਉਹਦੇ ਨਾਲ ਉਹਨਾਂ ਨੂੰ ਵੀ ਜਿਹੜਾ ਉਸ ਪਾਸਿਓ ਤਸੱਲੀ ਰਹੇਗੀ, ਪਰ ਭਾਰਤ ਨੇ ਤਾਂ ਆਪਣਾ ਮੋਢਾ ਅਮਰੀਕਾ ਨੂੰ ਦਿੱਤਾ ਕਿ ਭਾਈ
ਤੁਸੀਂ ਇਹੀ ਹਾਲ ਇਹਨਾਂ ਨੇ ਸਾਊਥ ਚਾਈਨਾ ਸੀ ਚ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਵੀ ਜਿਹੜਾ ਕੁੰਡਲ ਬਣਾਉਣ ਦੀ ਲਾਈਨ ਸੀ, ਆਸਟ੍ਰੇਲੀਆ ਹੈ, ਫਿਲੀਪੀਨ ਹੈ, ਕਿਸੇ ਹੱਦ ਤੱਕ ਜਿਹੜਾ ਉਹ ਦੂਸਰੀਆਂ ਤਾਕਤਾਂ ਨੇ, ਮਿਆਂਮਾਰ ਤਾਂ ਚੀਨ ਦੇ ਦਾਇਰਾਕਾਰ ਚ ਹੀ ਹੈ, ਲੇਕਿਨ ਵਿਤਨਾਮ ਹੈ, ਇਹਨਾਂ ਦੇ ਨਾਲ ਭਾਰਤ ਨੇ ਆਪਣੇ ਬੜਾ ਵਿਤਨਾਮ ਦਾ ਵੀ ਦੌਰਾ ਔਰ ਬੜੀ ਦੋਸਤੀ ਔਰ ਇਹ ਉਹ ਦੱਸਣ ਲਈ ਚੀਨ ਨੂੰ ਕਿ ਵੀ ਹੁਣ ਵਿਤਨਾਮ ਤਾਈਵਾਨ ਦੇ ਨਾਲ ਵੀ ਉਸ ਕਿਸਮ ਦਾ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਜੋ ਅੱਜ ਭਾਰਤ ਦੇ ਨਾਲ ਹੋਇਆ ਇੰਟਰਨੈਸ਼ਨਲ ਦੀ ਧਾਰਾ ਦੇ ਨਾਲ ਹੋਏ ਨੇ, ਚੀਨ ਤੋਂ ਜੁੱਤੀਆਂ ਵੀ ਪਈਆਂ ਔਰ ਜਿਸ ਹਾਲਤ ਚ ਪੁਸ਼ ਹੋਏ ਨੇ, ਇਹਦੇ ਲਈ ਕੋਈ ਹੋਰ ਦੋਸ਼ੀ ਨਹੀਂ ਹੈ। ਇਸ ਲਈ ਪੰਜਾਬੀ ਦਾ ਇਹੀ ਅਖਾਣ ਢੁਕਦਾ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਜਦੋਂ ਤੁਸੀਂ ਆਪਣਾ ਸਿਰ ਆਪ ਹੀ ਜਾ ਕੇ ਉਖਲੀ ਚ ਦਿੰਦੇ ਹੋ ਤੇ ਫਿਰ ਤੁਹਾਨੂੰ ਕੌਣ ਬਚਾ ਸਕਦਾ। ਤੇ ਗੁਰਬਾਣੀ ਦਾ ਫਰਮਾਨ ਇਸ ਗੱਲ ਦੀ ਹੋਰ ਵੀ ਅੱਗੋਂ ਲੈ ਕੇ ਜਾਂਦਾ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਕਿ ਜੇ ਇੱਕੋ ਵੇਲੇ ਤੁਸੀਂ ਸਲਾਮ ਵੀ ਕਰਦੇ ਹੋ, ਤੁਸੀਂ ਬੈਂਡ ਕਰਦੇ ਹੋ ਕਿ ਜੇ ਅਸੀਂ ਤੁਹਾਨੂੰ ਆਪਣਾ ਆਕਾ ਮੰਨਦੇ, ਤੇ ਨਾਲ ਦੀ ਨਾਲ ਤੁਸੀਂ ਸਾਜਿਸ਼ ਵੀ ਕਰਦੇ ਹੋ ਕਿ ਭਾਈ ਇਹ ਜਵਾਬ ਦੇ ਕੇ ਇਹਨੇ ਇਵੇਂ ਕਿਉਂ ਕੀਤਾ, ਤੇ ਫਿਰ ਇਸ ਕਿਸਮ ਦੇ ਲੋਕ ਜਿਹੜੇ ਸਲਾਮ ਵੀ ਕਰਦੇ ਨੇ ਤੇ ਜਵਾਬ ਵੀ ਮੰਗਦੇ ਨੇ, ਮੁੱਢੋਂ ਕੁੱਥਾ ਜਾਏ, ਮੁੱਢ ਹੁੰਦਾ ਹੈ ਜੱਟ, ਫਿਰ ਉਹ ਜੜੋਂ ਹੀ ਜਿਹੜੇ ਨੇ ਨਿਕਲ ਜਾਂਦੇ ਨੇ। ਸੋ ਭਾਰਤ ਦੀ ਹਾਲਤ ਅੱਜ ਲਗਭਗ ਉਹੀ ਬਣ ਗਈ ਹੈ, ਇਸ ਚੀਨ ਦੇ ਹਵਾਲੇ ਨਾਲ ਵੀ, ਆਪਣੇ ਗੁਆਂਢੀਆਂ ਦੇ ਹਵਾਲੇ ਨਾਲ ਵੀ, ਔਰ ਕੁੱਲ ਮਿਲਾ ਕੇ 1,300,000,000 ਦਾ ਦੇਸ਼। ਔਰ ਜਿੱਥੇ ਮੋਦੀ ਔਰ ਇਹਨਾਂ ਨੂੰ ਇੱਕ ਅਪਰਚੁਨਿਟੀ ਸੀ ਕਿ ਉਹ ਆਪਣਾ ਸੱਚਮੁੱਚ ਇੰਨੀ ਵੱਡੀ ਆਬਾਦੀ ਹੈ, ਗਿਣਤੀ ਹੈ ਦੁਨੀਆਂ ਦੇ ਵਿੱਚ, ਇਹ ਆਪਣੀ ਇੱਕ ਚੰਗਾ ਇਮੇਜ ਜਿਹੜਾ ਝੂਠ ਵੇਚਦੇ ਨੇ। ਯੋਗਾ ਡੇ ਹੁਣ ਸੁਣਿਆ ਨੀ, 20 ਤੇ 21 ਜੂਨ ਨੂੰ ਅਦਰਵਾਈਜ਼ ਸੀ ਮੋਦੀ ਵੀ ਇੱਥੇ, ਉਹ ਸੁਸ਼ਮਾ ਸਵਰਾਜ ਹੁਣ ਤਾਂ ਮਰ ਗਈ ਵਿਚਾਰੀ, ਇੱਥੇ ਜਿਹੜੀ ਹੈ ਉਹ ਟਾਈਮ ਸਕੇਅਰ ਦੇ ਵਿੱਚ ਯੋਗਾ ਕਰਵਾ ਰਹੀ ਸੀ, ਮੋਦੀ ਵੀ ਪੁੱਠਾ ਲਟਕ ਰਿਹਾ ਸੀ। ਹੁਣ ਨਾ ਯੋਗਾ ਲੱਭਾ ਹੈ, ਨਾ ਕੋਈ ਹੋਰ ਲੱਭਾ ਹੈ। ਔਰ ਇੱਕ ਜਿਹੜੇ ਉਹਨਾਂ ਦੀ ਕਮੈਂਟਰੀ ਹੁੰਦੀ ਹੈ ਹਰਜੀਤ ਸਿੰਘ ਔਰਤ ਯੰਗ ਬੋਏ, ਔਰ ਬੜੇ ਵਧੀਆ ਅੰਦਾਜ਼ ਦੇ ਵਿੱਚ ਉਹ ਜਿਹੜਾ ਇਹਨਾਂ ਨੂੰ ਹਿਊਮਰ ਦੇ ਵਿੱਚ ਉਹ ਇਹ ਕਹਿੰਦਾ ਕਿ ਭਾਈ ਤੁਸੀਂ ਛੱਡੋ ਸਾਰਾ ਕੁਛ, ਇਹ ਤੁਸੀਂ ਗੋਆ ਗਾਇਆ ਵੀ ਜਿਹੜਾ ਉਹ ਕਰਕੇ ਦੇਖ ਰਿਹਾ ਰਾਜ, ਹੁਣ ਜਿਹੜੀ ਤੁਹਾਡੇ ਕੋਲ ਇੱਕ ਅੱਧੀ ਫਿੰਗਰ ਬਚੀ ਹੈ, ਤੁਹਾਡੀਆਂ 7-8 ਫਿੰਗਰ ਤਾਂ ਤੋੜ ਦਿੱਤੀ ਹੈ, ਉਹਦੇ 'ਚ ਇਸ ਤਰ੍ਹਾਂ ਕਰੋ ਕਿ ਉੱਥੇ ਜਿਹੜਾ ਉਹ ਉਹਨਾਂ ਦਾ ਆਪਣਾ ਭਗਵਾਨ ਕੋਈ ਜ਼ਿੰਗਪਿੰਗ, ਹਾਂ ਜ਼ਿੰਗਪਿੰਗ ਦਾ ਇੱਕ ਮੰਦਿਰ ਬਣਾ ਦਿਓ, ਭਗਵਾਨ ਡਿਕਲੇਅਰ ਕਰ ਦਿਓ, ਔਰ ਤੁਸੀਂ ਉੱਥੇ ਜਾਓ, ਉਹਨਾਂ ਨੂੰ ਕਹੋ ਜੀ ਅਸੀਂ ਪੂਜਾ ਕਰਨ ਚੱਲੇ ਹਾਂ, ਭਗਵਾਨ ਸਿੰਘ ਦੀ ਪੂਜਾ ਕਰੋ, ਤੇ ਉਹਦੇ ਨਾਲ ਤੁਸੀਂ ਬਸ ਖੁਸ਼ ਰਹੋ। ਦੇਸ਼ ਵਾਲਿਆਂ ਨੂੰ ਕਹਿ ਦਿਓ ਕਿ ਜੀ ਸਾਡੇ ਭਗਵਾਨ ਉੱਥੇ ਵੀ ਪ੍ਰਗਟ ਹੋਏ ਨੇ, ਤੇ ਬਾਕੀ ਭੁੱਲ ਜਾਓ ਸਾਰਾ ਕੁਛ। ਸੋ ਮੈਂ ਸਮਝਦਾ ਵੀ ਹੁਣ ਕੋਰੋਨਾ ਵੀ ਪਹਿਲਾਂ ਚੀਨ ਤੋਂ ਆਈ ਦੱਸ ਕੇ ਚੀਨ ਨੂੰ ਭੰਨਣ ਦਾ ਯਤਨ ਕੀਤਾ, ਉਹਨਾਂ ਦੀਆਂ ਈਟਿੰਗ ਹੈਬਿਟਸ ਦੇ ਉੱਤੇ ਉਹਨਾਂ ਦੇ ਐਂਕਰ ਔਰ ਦੂਸਰੇ ਜਿਹੜੇ ਨੇ ਉਹ ਵਿਅੰਗ ਕਰ ਰਹੇ ਸੀ। ਫਿਰ ਕੋਰੋਨਾ ਦੇ ਹਵਾਲੇ ਦੇ ਨਾਲ ਵੀ ਉਹਨੂੰ ਵਿਸ਼ਨੂੰ ਦਾ ਅਵਤਾਰ ਬਣਾ ਕੇ ਜਿਹੜਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਚੀਨੀਆਂ ਨੂੰ ਸਜ਼ਾ ਦੇਣ ਦੇ ਲਈ ਆਇਆ, ਉਹ ਵੀ ਸਾਰਾ ਮੁਕਮਕ ਗਿਆ ਗੱਲ। ਹੁਣ ਤਾਂ ਵੈਸੇ ਗੱਲ ਉਹਦੀ ਠੀਕ ਹੈ ਆਪਣੇ ਹਰਜੀਤ ਸਿੰਘ ਦੀ ਕਿ ਭਾਈ ਤੁਸੀਂ ਜਿਹੜਾ ਉਹ ਜ਼ਿੰਗਪਿੰਗ ਭਗਵਾਨ ਡਿਕਲੇਅਰ ਕਰੋ, ਉਹਨੂੰ ਕਾਲਕੀ ਅਵਤਾਰ ਬਣਾ ਦਿਓ, ਉਹ ਤਾਂ ਇਹਨਾਂ ਨੇ ਬਣਾਉਣਾ ਪਟਤਾ ਨੇ, ਔਰ ਉਹਦੇ ਚ ਇੰਜੋਏ ਕਰੋ। ਬਟ ਹਾਲ ਦੀ ਘੜੀ ਭਾਰਤ ਜਿਹੜਾ ਉਹ ਬੈਡ ਸ਼ੇਪ ਚ ਨਹੀਂ ਹੈ, ਉਹ ਬਿਨਾ ਹੀ ਜਿਹਨੂੰ ਕਹਿੰਦੇ ਨੇ ਕਿ ਹੁਰੀਆ ਹੀ ਵਿਗੜਿਆ ਹੋਇਆ, ਇਹ ਗੱਲ ਉਹਨਾਂ ਦੀ ਬਣੀ ਹੋਈ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।